بسم اللہ الرحمن الرحیم السلام علیکم ویخ رہے ہو تسی اپنا سرکیاں چینل تے میں تہاڈا میزبان ذکیان ਭਰਾਵਾਂ ਬਾਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਤੇ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਹਾਜ਼ਰ ਹੋ ਵੀਦਾ ਉਮੀਦ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ ਵੀਡੀਓ ਨੂੰ ਲਾਈਕ ਵੀ ਕਰ ਦਿਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ ਵੀਡੀਓ ਜਿਹੜੀ ਬਣਾਉਣ ਲੱਗੇ ਵੀਡੀਓ ਇਸ ਤਰ੍ਹਾਂ ਚੌਧਰੀ ਗਜ਼ਨਪੁਰ ਰਿਆਣੀਆਂ ਦੀ ਵੀਡੀਓ ਬਸ ਸਿਲਸਿਲਾ ਵਾਲੀ ਵੀਡੀਓ ਜਿਹੜਾ ਹੈ ਨਾ ਇਹ ਤੁਸੀਂ ਵੇਖਦੇ ਪਏ ਕਿ ਇਸ ਡੇਰੇ ਦੀ ਵੀਡੀਓ ਜਿਹੜੀ ਹੈ ਇਹ ਅਪਲੋਡ ਕੀਤੀ ਹੈ ਬਾਕੀ ਵੀਡੀਓ ਦਾ ਐਡਰੈਸ ਅੰਜੇ ਕੇ ਜ਼ਿਲ੍ਹਾ ਤਹਿਸੀਲ ਇਹ ਗੁਜਰਾਤ ਹੈ ਔਰ ਸ਼ਹਿਰ ਜਿਹੜਾ ਕਿ ਇਹਨਾਂ ਦਾ ਜਲਾਲਪੁਰ ਸੌਖੀਆਂ ਲੋਕੇਸ਼ਨ ਹਰ ਵੀਡੀਓ 'ਚ ਦੱਸੀ ਦੀ ਹੈ ਕਿਸੇ ਵੀ ਭਰਾ ਨਾ ਹੋਵੇ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਫਤਿਹਪੁਰ ਔਰ ਫਤਿਹਪੁਰ ਤੋਂ ਅਗਲਾ ਸਟਾਪ ਆਉਂਦਾ ਪੇਰੋਚਾ ਪੇਰੋਚਾ ਤੋਂ ਅੱਗੇ ਤਕਰੀਬਨ ਜਿਹੜਾ ਨਾ 4 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਸਟਾਪ ਆਉਂਦਾ ਇਹੀ ਇਹਨਾਂ ਦੀ ਲੋਕੇਸ਼ਨ ਹੈ ਬਾਕੀ ਜਿਹੜੀ ਗੱਲਬਾਤ ਹੈ ਨਾ ਡੰਗਰਾਂ ਦੀ ਉਹ ਸਾਰੀ ਇਨਸ਼ਾਅੱਲਾ ਇੱਕ ਇੱਕ ਤੇ ਜਾ ਕੇ ਤਫਸੀਲ ਜਿਹੜੀ ਹੈ ਨਾ ਭਾਈ ਗਜ਼ਨਪੁਰ ਕੋਲ ਪੁੱਛਣਾ ਦੇ ਕਿਉਂਕਿ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਨਾ ਇਹ 3 ਝੋਟੀਆਂ ਨੇ ਔਰ ਇੱਕ ਗਾਂ ਜਿਹੜਾ ਨਾ ਅੱਜ ਦੀ ਵੀਡੀਓ ਦੇ ਵਿੱਚ ਲੱਗਣੀ ਹੈ ਬਾਕੀ ਡੰਗਰ ਵੇਖ ਲੈਣੇ ਨੇ 4 ਔਰ ਜਿਹੜਾ ਜਿਹੜਾ ਭਰਾ ਕਿਸੇ ਨੂੰ ਪਸੰਦ ਆਵੇ ਨਾ ਨੰਬਰ ਜਿਹੜਾ ਭਾਈ ਗਜ਼ਨਪੁਰ ਦਾ ਇਹ ਸਕਰੀਨ ਤੇ ਲੱਗ ਜਾਣਾ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੇ ਫੈਨਲ ਕਰ ਲੈਣਾ 12 ਜੁਮੇਰਾਤ ਹੈ ਤਾਰੀਖ ਵੀ ਬਣਦੀ ਹੈ 14 ਮਹੀਨਾ 11 ਮਾਹ 2024 ਬਾਕੀ ਅੱਲਾ ਪਾਕ ਰੱਖੇ ਹੈਰ ਤੇ ਬਿਲਾ ਤਖੀਰ ਜਿਹੜਾ ਨਾ ਵੀਡੀਓ ਕਰਨੇ ਆ ਜੀ ਚਰੋ ਖੂਬਸੂਰਤੀ ਦੀ ਬੇਮਿਸਾਲ ਹੋਵੇਗੀ ਅਗਲੀ ਪਸੰਦ ਭਰਾਵਾਂ ਦੀ ਜੀ ਬਿਲਕੁਲ ਹਮੇਸ਼ਾ ਜੀ ਤੇਰਾ ਮਾਲ ਤੇ ਮੁੱਲ ਜਿਹੜਾ ਜੀ ਇਨਸ਼ਾਅੱਲਾ ਜੀ ਅੱਲਾ ਦੇ ਹੁਕਮ ਨਾਲ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਮਾਲ ਲੱਭਦਾ ਇਸੇ ਤਰ੍ਹਾਂ ਹੀ ਜਾਈਦਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜਿਆਦਾ ਮੁਨਾਸਬ ਜਿਹੜਾ ਨਾ ਹਿਸਾਬ ਕਿਤਾਬ ਰੱਖ ਕੇ ਆਪਣੀ ਰੋਜ਼ੀ ਲੈ ਕੇ ਜਾ ਜਾ ਵੈਰੀ ਗੁੱਡ ਜਨਾਬ ਲੋ ਜਿੱਥੇ ਜਿੱਥੇ ਭਰਾ ਬੈਠੇ ਨੇ ਵੀਰ ਸਾਡੇ ਕਿਆ ਮੁਲਕ ਦੇ ਅੰਦਰ ਨੇ ਕਿਆ ਬਾਹਰ ਦੇ ਮੁਲਕਾਂ 'ਚ ਨੇ ਸਾਡੀ ਤਰਫੋਂ ਸਲਾਮ ਹੈ ਅੱਲਾ ਖੁਸ਼ ਰੱਖੇ ਨੇ ਆਮੀਨ ਹੱਸਦੇ ਰਹਿਣ ਵਸਦੇ ਰਹਿਣ ਸਾਡੀ ਤਰਫੋਂ ਦੋਹਰਾ ਦੋਹਰਾ ਸਲਾਮ ਵੈਰੀ ਗੁੱਡ ਜਨਾਬ ਵੀਡੀਓ ਤੱਕਦੇ ਰਹਿਣ ਲਾਈਕ ਸ਼ੇਅਰ ਕਰਦੇ ਰਹਿਣ ਜਾ ਲੋ ਜੀ ਕਰੀਏ ਵੀਡੀਓ ਜੀ ਇਨਸ਼ਾਅੱਲਾ ਇੱਕ ਨੰਬਰ ਤੇ ਬੋਰੀ ਲਾਣੀ ਹੈ ਜੀ ਜਿਹੜਾ ਤੁਹਾਡਾ ਦਿਲ ਕਰਦਾ ਜਿਹੜੀਆਂ ਦੇ ਉਹ ਲਾ ਲੋ ਜੀ ਖੋਲੋ ਜੀ ਬਹੁ ਜੀ ਜਿਹੜਾ ਨਾ ਬੋਰੀ ਦੇ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਲੋ ਜੀ ਫਿਰ ਬੋਰੀ ਜਿਹੜੀ ਹੈ ਨਾ ਇਹ ਵੇਖਣੀ ਹੈ ਮਾ ਜੇ ਨਜਾ ਕੇ ਤੇ ਅਗਲੀ ਗੱਲ ਜਿਹੜੀ ਹੈ ਨਾ ਉਹ ਜਨਾਬ ਪਹਿਲਾਂ ਕੀਤੀ ਹੈ ਕਿ ਨਸੀਬਾਂ ਦੀ ਹੈ ਜਿਹੜੇ ਭਰਾ ਦੇ ਨਸੀਬਾਂ ਵਿੱਚ ਹੋਈ ਨਾ ਉਹਨਾਂ ਜਨਾਬ ਲੈ ਜਾਣੀ ਇੱਧਰ ਬੂਥੀ ਕਰੋ ਜੀ ਪਹਿਲਾਂ ਇੱਕ ਵਾਰੀ ਪਹਿਲਾਂ ਮੂੰਹ ਮਾਈ ਦਾ ਮੂੰਹ ਜਿਹੜਾ ਮਾਈ ਦਾ ਵਹਾਓ ਪਹਿਲਾਂ ਮਾਸ਼ਾਅੱਲਾ ਵੇਖੋ ਅੱਖਾਂ ਬਿੱਲੀਆਂ ਭਾਈ ਜਾਨ ਦੋਵੇਂ ਇੱਕੋ ਜੀਆਂ ਜੋ ਨਰਜੀ ਸੇਵਰ ਬੜਾ ਬਾਲਦੇ ਨੇ ਇੰਜ ਹੋਵੇਗੀ ਇਨਸ਼ਾਅੱਲਾ ਸਫੈਦ ਚਿੱਟੀ ਤੇ ਫਿਰ ਕਾਲਾ ਛੱਲਾ ਜਿਹੜਾ ਕਾਲੇ ਛੱਲੇ ਚ ਵਿੱਚ ਵਿੱਚ ਹੱਡੀ ਦੇ ਖੰਨੇ ਹੋਣਗੇ ਜੀ ਬਿਲਕੁਲ ਜੀ ਲੀਡ ਵਾਲੀ ਹੋਵੇਗੀ ਪੈਰ ਚਾਰੇ ਤੋਂ ਛੇ ਹੋਣਗੇ ਮਾਸ਼ਾਅੱਲਾ ਔਰ ਫਿਰ ਭਾਈ ਗਜ਼ਨਪੁਰ ਇਹ ਸਾਦੀ ਬੋਰੀ ਨਹੀਂ ਲਾਲ ਬੋਰੀ ਗੁੜ ਬੰਨੀ ਇਹਨੂੰ ਕਹਿੰਦੇ ਨੇ ਮਾਸ਼ਾਅੱਲਾ ਜਨਾਬ ਗੁੜ ਬੰਨੀ ਜਿਹੜਾ ਹੈ ਨਾ ਇਹ ਝੋਟੀ ਹੈ ਤੇ ਫਿਰ ਹਾਈਟ ਵੇਲ ਧੁੰਨੀ ਕੋਲੀ ਸਿੰਗਲ ਹੱਡੀ ਹੋਵੇਗੀ ਇੱਕ ਹੱਡੀ ਦਾ ਨਿਸ਼ਾਨ ਹੋਵੇਗਾ ਜੀ ਬਿਲਕੁਲ ਬਾਕੀ ਢਾਕਾਂ ਪੁੱਠੇ ਹਰ ਚੀਜ਼ ਜਿਹੜੀ ਨੇ ਭਰਾਵਾਂ ਨੇ ਆਪ ਸਾਰੀ ਜਿਹੜੀ ਨੇ ਬਰੀਕੀ ਨਾਲ ਵੇਖ ਲੈਣੀ ਮਾਸ਼ਾਅੱਲਾ ਜਨਾਬ ਔਰ ਫਿਰ ਭਾਈ ਗਜ਼ਨਪੁਰ ਜਿੱਡੀ ਆਪ ਹੈ ਨਾ ਐਡੇ ਲਿਬਾਸ ਹੋਵੇਗਾ ਤੇ ਫਿਰ ਅੱਲਾ ਦੀ ਜ਼ਾਤ ਨੇ ਬੜਾ ਜ਼ੁਰਤ ਵਾਲਾ ਥਣ ਲਾਇਆ ਮਜ ਨੂੰ ਮਾਸ਼ਾਅੱਲਾ ਪਾਵਰ ਵਾਲਾ ਜਿਹੜਾ ਹੈ ਨਾ ਦੋਰਾ ਔਰ ਮੁਠਮੁਠ ਜਿਹੜਾ ਹੈ ਨਾ ਇਹ ਜਨਾਬ ਮੱਝੀ ਨੂੰ ਥਣ ਲੱਗੇ ਆ ਫਿਰ ਇੱਕ ਵਾਰੀ ਉਸਨ ਫਿਰ ਭਾਈ ਜਾਨ ਵੇਖਣਾ ਝੋਟੀ ਦੇ ਪੈਰ ਕਿੱਥੇ ਕਿੱਥੇ ਰੱਖਦੀ ਹੈ ਜੀ ਬਿਲਕੁਲ ਜਨਾਬ ਫਿਰ ਲਿਬਾਸ ਦੀ ਚੜਾਈ ਜਿਹੜੀ ਹੈ ਨਾ ਇਹ ਝੋਟੀ ਦੀ ਮਾਸ਼ਾਅੱਲਾ ਭਰਾਵਾਂ ਨੇ ਚੈੱਕ ਕਰਨੀ ਹੈ ਪੱਛਮ
ਬਰਾਬਰ ਨੀ ਕੀਤੇ ਦੰਦ ਜਿਹੜੇ ਨੇ ਉਹ ਵੀ ਬਹਾਨੇ ਮੂੰਹ ਚ ਹੱਥ ਪਾ ਕੇ ਜੀ ਬਿਲਕੁਲ ਜਨਾਬ ਨਾਲ ਫਿਰ ਮੂੰਹ ਤੇ ਫਿਰ ਲਿਬਾਸ ਉੱਤੇ ਚਿੱਟਾ ਨਿਸ਼ਾਨ ਵੀ ਵੇਖ ਲੋ ਚੰਗੀ ਵਾਲੀ ਜੇ ਤੁਹਾਨੂੰ ਦੱਸਿਆ ਕਿਸੇ ਪਾਸੇ ਝੋਟੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਪੰਜ ਕਲਿਆਣ ਦੇ ਵਿੱਚ ਰਹੀ ਨਹੀਂ ਹੋਣੀ ਰਹੀ ਨਹੀਂ ਹੈ ਵੀ ਤੇ ਭਾਈ ਗਜ਼ਨਫਰ ਦੀ ਮਿਸਾਲ ਵੀ ਬਣੀ ਹੈ ਕਿ ਦਰਿਆਵਾਂ ਪਾਰ ਜੁਗਦੀ ਹੋਵੇ ਨਾ ਜੀ ਜੀ ਬੂਰੀ ਝੋਟੀ ਜਨਾਬ ਔਰ ਆਰ ਪੈ ਕੇ ਸੌਦਾ ਕਰ ਲੈਣਾ ਕਿ ਇੰਨੀਆਂ ਚੰਗੀਆਂ ਔਰ ਇੰਨੀਆਂ ਖਰੀਆਂ ਜਿਹੜੀਆਂ ਹੁੰਦੀਆਂ ਨੇ ਜੀ ਮਾਸ਼ਾਅੱਲਾ ਜਨਾਬ ਝੋਟੀਆਂ ਹੁੰਦੀਆਂ ਨੇ ਲੋ ਜੀ ਫਿਰ ਮੂੰਹ ਦੇ ਵੀ ਔਰ ਦੰਦਾਂ ਦੇ ਵੀ ਜਿਹੜਾ ਨਾ ਮੈਂ ਨਾ ਪੂਰੀਆਂ ਤਸੱਲੀਆਂ ਹੋਣਗੀਆਂ ਇਨਸ਼ਾਅੱਲਾ ਪੂਰੀ ਜਿਹੜੀ ਇਨਸ਼ਾਅੱਲਾ ਭਰਾਵਾਂ ਦੇ ਡਿਮਾਂਡ ਦੇ ਮੁਤਾਬਕ ਇਨਸ਼ਾਅੱਲਾ ਝੋਟੀ ਹੋਵੇਗੀ ਅੱਲਾ ਦੇ ਵੈਰੀ ਗੁੱਡ ਜਨਾਬ ਲੋ ਜੀ ਭਾਈ ਗਜ਼ਨਫਰ ਅੱਜ ਕਿੰਨੇ ਕੁ ਦਿਨਾਂ ਦੀ ਝੋਟੀ ਸੂਈ ਭਾਈ ਜੀ ਆ ਝੋਟੀ ਨੂੰ 6ਵਾਂ ਦਿਨ ਸੋਇਆ ਲੋ ਜੀ ਕੱਚੀ ਸੂਈ ਹੈ ਕੱਚੀ ਸੂਈ ਹੈ ਤੇ ਫਿਰ ਮਗਰ ਵੀ ਲਾਲ ਹੈ ਦੋ ਗਈਆਂ ਨਾ ਜਾ ਮਗਰ ਵੀ ਲਾਲ ਹੈ ਮਗਰ ਵੀ ਕੱਟੀ ਹੈ ਮਾਸ਼ਾਅੱਲਾ ਜਨਾਬ ਆਪ ਪੂਰੀ ਹੈ ਜਾ ਕੱਟੀ ਕਾਲੀ ਕੱਟੀ ਕਾਲੇ ਰੰਗ ਚ ਔਰ ਇੱਥੇ ਲਿਬਾਸ ਦੀ ਚੜਾਈ ਮੈਂ ਨਾ ਇਨਸ਼ਾਅੱਲਾ ਦੋ ਦੋ ਫੋਟੋ ਹੋਵੇਗੀ ਇਨਸ਼ਾਅੱਲਾ ਮਾਸ਼ਾਅੱਲਾ ਜਨਾਬ ਔਰ ਲੰਬਾਈ ਜਿਹੜੀ ਹੈ ਨਾ ਇਹ ਝੋਟੀ ਦੇ ਲਿਬਾਸ ਦੀ ਚੈੱਕ ਕਰਨੀ ਤੇ ਭਾਈ ਗਜ਼ਨਫਰ ਕੀ ਕੁ ਦੁੱਧ ਚਵਾਉਂਦੀ ਹੈ ਭਾਈ ਜਾਨ ਜੀ ਕੱਲ ਇਸ ਵੇਲੇ ਮਾਲ ਲੱਗਾ ਠੀਕ ਹੈ ਉਹ ਇਸ ਵੇਲੇ ਹੁਣ ਵੀਡੀਓ ਚ ਪੈ ਗਈਆਂ ਨੇ ਠੀਕ ਹੈ ਠੀਕ ਹੈ ਆਈਏ ਸਫ਼ਰ ਸੁਫ਼ਰ ਦੀਆਂ ਚੱਕੀਆਂ ਨੇ ਜੀ ਹਰ ਬੰਦੇ ਨੂੰ ਪਤਾ ਤੁਹਾਨੂੰ ਪਤਾ ਹੈ ਮਾਲ ਪਿਛਲੀ ਵਾਰੀ ਜਿਹੜਾ ਲਿਆਂਦਾ ਸੀ ਉਹ ਦੋ ਦਿਨ ਪਹਿਲਾਂ ਹੀ ਵਿਕ ਗਿਆ ਜੀ ਬਿਲਕੁਲ ਜਨਾਬ ਠੀਕ ਹੈ ਉਹ ਸੇਲ ਕਰਕੇ ਫੇਰ ਗਏ ਤੇ ਫੇਰ ਮਾਲ ਲੈ ਕੇ ਆਏ ਵੈਰੀ ਗੁੱਡ ਕੱਲ ਇਸ ਵੇਲੇ ਮਾਲ ਲੱਸਿਆ ਅੱਜ ਵੀਡੀਓ ਪੈਂਦਾ ਪਿਆ ਤੇ ਸਾਰੇ ਜਿਹੜਾ ਨਾ ਫਰਕ ਦੁੱਧ ਦਾ ਥੋੜਾ ਬਹੁਤਾ ਡੰਗਰ ਪਾ ਲਿਆ ਲੋ ਜੀ ਫਿਰ ਭਾਈ ਗਜ਼ਨਫਰ ਇੱਕ ਗੱਲ ਦੀ ਵੀ ਵਜ਼ਾਹਤ ਮੈਂ ਕਰ ਸਕਦਾ ਕਿ ਇਸ ਮਾਲ ਨੂੰ ਵੇਚ ਕੇ ਸਵੇਰੇ ਫੇਰ ਮਾਲ ਜੀ ਇਨਸ਼ਾਅੱਲਾ ਫੇਰ ਜਾਣ ਫਿਰ ਲੈਣ ਜਾਣਾ ਭਾਈ ਗਜ਼ਨਫਰ ਕੀ ਦੁੱਧ ਹੈ ਭਾਈ ਜਾਨ ਜੀ ਇਸ ਵੇਲੇ ਜਿਸ ਭਰਾ ਦਾ ਦਿਲ ਕੀਤਾ ਜੀ ਬੱਚਾ ਲਾ ਕੇ ਝੋਟੀ ਦਾ ਪਿੱਛਾ ਕਰ ਲੈਣਾ ਠੀਕ ਹੈ 14 ਡੱਬੇ ਦੁੱਧ ਝੋਟੀ ਕੋਲ ਹੋਇਆ ਜੀ ਤੇ ਕਿਸੇ ਭਰਾ ਖੜਨੀ ਹੈ ਠੀਕ ਨਾ ਹੋਇਆ ਤੇ ਗੱਡੀ ਦਾ ਆਉਣ ਲਿਆਉਣ ਦਾ ਕਿਰਾਇਆ ਮੈਂ ਲੋ ਜੀ 6ਵੇਂ ਦਿਹਾੜੇ 6ਵੇਂ ਦਿਹਾੜੇ ਇਨਸ਼ਾਅੱਲਾ ਮਾਸ਼ਾਅੱਲਾ ਜਨਾਬ 14 ਲੀਟਰ ਜਿਹੜਾ ਹੈ ਨਾ ਇਸ ਝੋਟੀ ਕੋਲ ਇਹ ਤਾਂ 14 ਲੀਟਰ ਨਾਲ ਕੰਮ ਨਹੀਂ ਹੈ ਤਲਕ ਨਹੀਂ ਨਹੀਂ ਇਹ ਤਾਂ ਤਲਕ 20 ਸਿਰ ਨਾਲ ਇਨਸ਼ਾਅੱਲਾ ਸਿਰਫ ਸਫ਼ਰ ਦੀ ਕੁੱਟੀ ਹੈ 22 ਘੰਟੇ ਸਫ਼ਰ ਇਹਨੂੰ ਪਏ ਆ ਜੀ ਬਿਲਕੁਲ ਜਨਾਬ ਆਈਏ ਜਿਸ ਵੇਲੇ ਮੈਲਾ ਸ਼ਾਲਾ ਸੱਟਿਆ ਇਨਸ਼ਾਅੱਲਾ ਲੋ ਦੇ ਕੋਲ 20 ਗੱਡੀਆਂ ਦੁੱਧ ਚੁਆਏਗੀ ਇਨਸ਼ਾਅੱਲਾ ਇਨਸ਼ਾਅੱਲਾ ਜਨਾਬ ਲੋ ਜੀ ਲਾਨੇ ਦੀ ਜਾਨ ਹੁਣ ਬਿਸਮਿਲ੍ਲਾ ਪੜ ਕੇ ਜਨਾਬ ਇੱਕ ਨੰਬਰ ਬੂਰੀ ਪਾਣੀ ਕਲਿਆ ਲੀਡ ਵਾਲੀ ਝੋਟੀ ਕਿਸੇ ਭਰਾ ਨੂੰ ਪਸੰਦ ਆਵੇ ਕਿੰਨੇ ਦੀ ਝੋਟੀ ਦੇ ਸਕਦੇ ਭਾਈ ਜਾਨ ਝੋਟੀ ਜੇ ਮੇਰੀ 6 ਲੱਖ ਰੁਪਈਆ ਠੀਕ ਹੈ ਲੇਕਿਨ ਮੈਂ ਲਾਣਾ 5 ਵੀ ਕੋਨੀ ਵੈਰੀ ਗੁੱਡ ਭਰਾਵਾਂ ਨਾਲ ਵਾਅਦਾ ਕੀਤੇ ਆ ਜਿਸ ਤਰ੍ਹਾਂ ਯਾਦ ਮਨਾਸਬ ਲੱਭਣੀਆਂ ਨੇ ਉਂਝ ਹੀ ਦੇਣੀਆਂ ਜੀ ਬਿਲਕੁਲ ਜਿਸ ਮੇਰੇ ਭਰਾ ਨੂੰ ਪਸੰਦ ਆ ਗਏ ਨਾ 485,000 ਦੀ ਝੋਟੀ ਦੇ ਦੇ ਜਾ ਰਾਜ਼ੀ ਆ ਤੇਰੇ ਤੋਂ ਜਿਸ ਭਰਾ ਨੂੰ ਪਸੰਦ ਆਵੇ ਲੋ ਜੀ 480,000 85,000 ਰੁਪਈਆ ਔਰ ਆਏ ਬੰਦੇ ਦੀ ਕਦਰ ਹੋ ਗਈ ਇਨਸ਼ਾਅੱਲਾ ਉਹ ਤੇ ਜ਼ਰੂਰ ਹੈ ਨਾ ਜੇ ਤਾਂ ਕਦਰ ਮੁੱਕ ਜਾਣੀ ਫੇਰ ਤੇ ਹਰਸ਼ਾ ਹੀ ਮੁੱਕ ਗਈ ਗੱਲ ਹੀ ਮੁੱਕ ਗਈ ਨਾ ਲਓ ਜੀ ਅੱਗੇ ਖੋਲੋ ਜੀ ਬਹੁ ਜੀ ਝੋਟੀ ਜਿਹੜੀ ਹੈ ਨਾ ਜੀ ਨੰਬਰ 2 ਤੇ ਨੰਬਰ 3 ਲਓ ਜੀ ਇੱਕ ਬੂਰੀ ਤੇ ਦੋ ਕਾਲੀਆਂ ਅੱਜ ਦੇ ਵੀਡੀਓ ਦੇ ਵਿੱਚ ਜਿਹੜਾ ਔਰ ਚੌਥੇ ਨੰਬਰ ਦੇ ਜਨਾਬ ਵੈਡੀ ਜਿਹੜੀ ਹੈ ਨਾ ਉਹ ਵੀ ਇਨਸ਼ਾਅੱਲਾ ਭਰਾਵਾਂ ਨੂੰ ਧੱਕਾ ਨਹੀਂ ਹੈ ਭਈ ਗਜ਼ਨਫਰ ਵੇਖ ਲੈਣ ਦੇ ਬੱਚਾ ਵੇਖ ਲੈਣ ਸੁਬਾ ਕਿ ਲਿਆ ਜੀ ਝੋਟੀ ਨੇ ਜੀ ਭਾਈ ਜਾਨ ਜੀ ਸੁਬਾ ਜਿਹੜਾ ਨਾ ਮੈਨੂੰ ਤਾਂ ਪਹਿਲਾਂ ਲੱਗਦਾ ਤੇ ਹੋ ਸਕਦਾ ਉਹ ਜੀ ਦੂਜੇ ਨੂੰ ਵੀ ਹੋਵੇ ਮੂੰਹ ਚ ਛਿੱਗੀ ਹੈ ਇਹ ਕੰਨੀ ਵਾਲੇ ਦੰਦ ਹੀ ਜਿਹੜੇ ਨੇ ਉਹ ਦੁੱਧ ਦੇ ਖਲੋਤੇ ਹੈ ਲੋ ਜੀ 6 ਦੰਦ ਹੈ 6 ਦੰਦ ਹੈ ਮੂੰਹ ਦੇ ਵਿੱਚ ਇਨਸ਼ਾਅੱਲਾ ਮੈਨੂੰ ਤੇ ਲੱਗਦਾ ਪਹਿਲਾਂ ਨੇ ਬਾਕੀ ਮੇਰਾ ਭਰਾ ਦਾ ਤਜਰਬਾ ਹੈ ਖਾਣ ਤੋਂ ਵੀ ਸਹੀ ਹੋ ਜੀ ਝੋਟੀ ਪਹਿਲਾਂ ਮਾਸ਼ਾਅੱਲਾ ਜਨਾਬ ਔਰ ਇਹ ਵੀ ਝੋਟੀ ਪਹਿਲਾਂ ਮੂੰਹ ਚ 6 ਦੰਦ ਸਾਰੀ 44 ਸਿਰਫ ਪੂਛੇ ਦੇ ਵਾਲ ਜਿਹੜੇ ਹਨ ਉਹ ਚਿੱਟੇ ਹਨ 4 ਹਨ ਤੇ ਚਿੱਟੇ ਬਾਕੀ ਸਾਰੀ ਇੱਕ ਰੰਗ ਦੇ ਵਿੱਚ ਜਿਹੜਾ ਨਸਲਦਾਤ ਜਿਹੜੀ ਭਰਾਵਾਂ ਬਿਲਕੁਲ ਆਪੂ ਘੁੱਟ ਕੇ ਵੇਖ ਲੈਣੀ ਝੋਟੀ ਮਾਸ਼ਾਅੱਲਾ ਜਨਾਬ ਲਿਬਾਸ ਦਾ ਰੰਗ ਸੁਰਖ ਸੁਰਖ ਇਨਸ਼ਾਅੱਲਾ ਔਰ ਫਿਰ ਪਹਿਲਾਂ ਝੋਟੀ ਹੋ ਕੇ ਜਿੱਡੀ ਆਪ ਹੈ ਨਾ
ਏਡੇ ਲਿਬਾਸ ਇਨਸ਼ਾਅੱਲਾ ਅੱਲਾ ਦੇ ਗੁਨਾਹ ਤੇ ਭਾਈ ਖਰੀਆਂ ਦੀ ਜਿਹੜੀ ਹੈ ਜੱਜ ਹੋਵੇਗੀ ਮਾਸ਼ਾਅੱਲਾ ਜਨਾਬ ਚੰਗੀ ਵਸਣ ਵਾਲੀ ਤੇ ਇਹ ਵੀ ਸਿੰਗਲ ਹੱਡੀ ਚ ਹੋਵੇਗੀ ਇਨਸ਼ਾਅੱਲਾ ਜੀ ਬਿਲਕੁਲ ਜਨਾਬ ਇੱਕ ਹੱਡੀ ਦੇ ਵਿੱਚ ਫਿਰ ਬੋਸੀ ਤੋਂ ਵੇਖਣਾ ਕਿ ਝੋਟੀ ਕਿੰਨੀ ਬਰੀਕ ਹੈ ਬਰੀਕ ਹੈ ਸਾਰੀ ਭਾਈ ਜੀ ਭਰਾਵਾਂ ਵੇਖ ਲੈਣੀ ਭਰਾ ਸਿਆਣੇ ਸਾਨੂੰ ਜ਼ਿਆਦਾ ਪ੍ਰੈਫਰੈਂਸ ਦੇ ਜੀ ਬਿਲਕੁਲ ਜੀ ਅਲਹਮਦੁਲਿਲਾ ਸਾਡੇ ਨਸਲ ਦਾ ਅੱਜ ਝੋਟੀਆਂ ਜੀ ਕਿਸੇ ਕਿਸੇ ਦਾ ਸ਼ੱਕ ਨਹੀਂ ਲਗਾਉਂਦੇ ਵੈਰੀ ਗੁੱਡ ਜਨਾਬ ਮਿਹਨਤ ਚ ਸ਼ੱਕ ਨਹੀਂ ਹੋਵੇ ਅਗਲੀ ਗੱਲ ਨਸੀਬਾਂ ਦੀ ਹੈ ਜਨਾਬ ਕੋਈ ਗਜ਼ਫਰ ਇਹਦੇ ਮਗਰ ਕੱਟਾ ਕੇ ਕੱਟੀ ਜੀ ਇਹਦੇ ਮਗਰ ਕੱਟਾ ਇਹ ਜਿਹੜਾ ਕੱਟਾ ਜੀ ਠੀਕ ਹੋ ਗਿਆ ਲੋ ਜੀ ਪਹਿਲਾਂ ਝੋਟੀ ਦੇ ਮਗਰ ਜਨਾਬ ਕੱਟਾ ਔਰ ਕਿੰਨਵਾਂ ਦਿਨ ਇਹਨੇ ਸੋਏ ਇਹਨੂੰ ਅੱਜ ਭਾਈ ਜੀ ਸੱਤਵਾਂ ਦਿਨ ਸੋਏ ਲੋ ਜੀ ਸੱਤਵਾਂ ਦਿਨ ਨੇ ਝੋਟੀ ਨੂੰ ਜਨਾਬ ਸੋਏ ਆ ਵੰਗਾਂ ਲੱਗ ਗਏ ਉਸ ਜੀ ਤਰੇਵੇਂ ਝੋਟੀਆਂ ਵੰਗਾਂ ਲੰਮੀਆਂ ਨੇ ਠੀਕ ਹੋ ਗਿਆ ਜਨਾਬ ਵੰਗੇ ਲੱਗੀਆਂ ਨੇ ਲੋ ਜੀ ਭਾਈ ਗਜ਼ਫਰ ਕੀ ਕੁ ਦੂਰ ਦੇ ਝੋਟੀ ਇੰਨੀ ਕੁ ਸਾਲ ਤਾਂ ਹੋਣੀਆਂ ਝੋਟੀਆਂ ਭਾਈ ਜਾਨ ਪਿਛਾ ਕੱਥੇ ਥੱਲੇ ਬਹਿ ਜਾਣ ਝੋਟੀ ਲੜਨ ਨਹੀਂ ਲੱਗੀ ਗੱਲ ਨਹੀਂ ਲੱਗੀ ਜੀ ਪਹਿਲਾਂ ਝੋਟੀ ਹੋ ਕੇ ਕੋਈ ਹੋਲ ਨਹੀਂ ਕੋਈ ਹੋਲ ਨਹੀਂ ਬਿਲਕੁਲ ਮਾਸ਼ਾਅੱਲਾ ਜੀ ਲਿਬਾਸ ਵੀ ਫਿਰ ਦੁੱਧ ਵਾਲੀਆਂ ਨਾੜਾਂ ਜਿਹੜੀ ਦੁੱਧ ਵਾਲੀਆਂ ਨਾੜਾਂ ਵੀ ਤੇ ਫਿਰ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜਿਸ ਤਰ੍ਹਾਂ ਝੋਟੀ ਨੂੰ ਖਾਣ ਲੱਗਿਆ ਇਹਦੇ ਨਾਲ ਜ਼ਿਆਦਾ ਬੇਮਿਸਾਲ ਚੁਆਈ ਹੋ ਮੋਟੀ ਚੁਆਈ ਮੋਟੀ ਚੁਆਈ ਤੇ ਪੋਲੀ ਵੈਰੀ ਗੁੱਡ ਜਨਾਬ ਭਾਈ ਗਜ਼ਫਰ ਕੀ ਕੁ ਦੁੱਧ ਦੇ ਝੋਟੀ ਕੋਲ ਭਾਈ ਜਾਨ ਜੀ ਇਸ ਝੋਟੀ ਕੋਲੇ ਵਿੱਚ 14 ਡੱਬੇ ਦੁੱਧ ਲੋ ਜੀ ਸਾਰੀ ਕੋਲੇ ਸਾਰੀ ਕੋਲੇ ਪਹਿਲਣ ਹੋ ਕੇ ਪਹਿਲਣ ਹੋ ਕੇ ਪਸਮਾ ਕੇ ਬੱਚਾ ਪਿਛੋ ਬੰਨ ਲੈਣਾ ਜੀ ਔਰ 14 ਲੀਟਰ ਜਿਹੜਾ ਹੈ ਨਾ ਹਾਜ਼ਰ ਮੌਕੇ ਜਨਾਬ ਝੋਟੀ ਕੋਲੇ 24 ਘੰਟਿਆਂ ਦਾ ਦੋਵਾਂ ਟਾਈਮਾਂ ਦਾ ਜਿਹੜਾ ਹੈ ਨਾ ਇਹ ਝੋਟੀ ਕੋਲ ਦੁੱਧ ਮੌਜੂਦ ਹੈ ਤੇ ਭਾਈ ਗਜ਼ਫਰ ਕਿੰਨੇ ਦੀ ਜਨਾਬ ਨੇ ਪਹਿਲਣ ਝੋਟੀ ਦੇ ਫੜਨੀ ਭਾਈ ਜਾਨ ਜੀ ਭਾਈ ਜਾਨ ਇਹ ਝੋਟੀ ਮੇਰੀ ਇਹ ਵੀ 6 ਲੱਖ ਰੁਪਈਏ ਦੀ ਹੈ ਠੀਕ ਹੈ ਲੇਕਿਨ ਐਵੇਂ ਪਹਾੜੇ ਪੜਨ ਦੀ ਗੱਲ ਹੈ ਤੁਹਾਨੂੰ ਦੱਸਿਆ ਭਰਾਵਾਂ ਨਾਲ ਵਾਅਦੇ ਕੀਤੇ ਨੇ ਜਾਇਜ਼ ਮੁਨਾਸਬ ਉਹਦੀ ਲੈ ਕੇ ਦੇਣੀਆਂ ਜੀ ਬਿਲਕੁਲ ਜਿਸ ਮੇਰੇ ਭਰਾ ਨੂੰ ਪਸੰਦ ਆ ਗਈ ਨਾ 4,65,000 ਦੀ ਫਾਇਦਾ ਝੋਟੀ ਦੇ ਚਾਰ ਆ ਗਈਆਂ ਤੇਰੇ ਤੋਂ ਲੋ ਜੀ ਪਹਿਲਣ ਝੋਟੀ ਔਰ ਨੰਬਰ 2 ਜਿਹੜਾ ਹੈ ਨਾ ਜਿਸ ਭਰਾ ਨੂੰ ਪਸੰਦ ਆਵੇ 4,65,000 ਰੁਪਈਏ ਦੀ ਜਿਹੜਾ ਹੈ ਨਾ ਇਹ ਝੋਟੀ ਦੇ ਅਸਰ ਨਹੀਂ ਦੇਖੇ ਕੋ ਲੋ ਜੀ ਬਹੁ ਜੀ ਨੰਬਰ ਜਿਹੜੀ ਹੈ ਨਾ ਜੀ 3 ਲੋ ਜੀ 1 ਨੰਬਰ ਦੇ 2 ਨੰਬਰ ਦੇ ਨਾਲ ਤੁਸੀਂ ਵੇਖੋ ਭਾਈ ਜਾਨੀ ਬੜੀ ਬਰੀ ਬੀਕਰੀਆਂ ਝੋਟੀ ਦੀਆਂ ਪੁਛਲੀ ਵੇਖੀਏ ਜੀ ਬਿਲਕੁਲ ਜਨਾਬ ਧਾਗੇ ਆ ਧਾਗੇ ਆ ਪੁਛਲੀ ਬਰੀ ਜਿਹੜਾ ਨਾ ਝੋਟੀ ਦੇ ਪੁਛਲ ਹੈ ਮਾਸ਼ਾਅੱਲਾ ਜਨਾਬ ਸਾਲਤਾ ਚੰਗੀਆਂ ਨੇ ਲੋ ਜੀ ਅੱਗੇ ਆ ਕੇ ਜੀ ਨੰਬਰ ਜਿਹੜੀ ਹੈ ਨਾ 3 ਭਾਈ ਗਜ਼ਫਰ ਸੁਬਾ ਕੇ ਲਿਆ ਜੋ ਮੈਂ ਭਾਈ ਜਾਨ ਜੀ ਸੁਬਾ ਮਾਲਕ ਦੇ ਦੂਜਾ ਦੱਸ ਦੇ ਜੇ ਠੀਕ ਹੈ ਤੇ ਉਹ ਜੇ ਹੈ ਵੀ ਲੱਗਦੀ ਮੂੰਹ ਜੂਹੇ ਨੂੰ ਪੱਟ ਕੇ ਵੇਖੀ ਤੇ ਆ ਦੂਜੇ ਨਹੀਂ ਲੱਗਦੀ ਕੰਨੀ ਵਾਲੇ ਦੰਦ ਜਿਹਨੇ ਬਰਾਬਰ ਕੋਲ ਨਹੀਂ ਕੀਤੇ ਹੋਣਾ ਹੋ ਸਕਦਾ ਹੋਵੇ ਤਰੀਜਾ ਜੀ ਠੀਕ ਹੋ ਗਿਆ ਜਨਾਬ ਹੋ ਸਕਦਾ ਤਰੀਜਨ ਵੀ ਹੋਵੇ ਜੀ ਠੀਕ ਹੋ ਗਿਆ ਜਨਾਬ ਲੋ ਜੀ ਇਹ ਨੰਬਰ ਜਿਹੜੀ ਹੈ ਨਾ 3 ਭਾਈ ਗਜ਼ਫਰ ਇਹ ਕਿੰਨੇ ਕੁ ਦਿਨਾਂ ਦੀ ਸੋਈ ਹੈ ਭਾਈ ਜਾਨ ਜੀ ਅੱਜ ਇਹਨੂੰ ਤਕਰੀਬਨ ਜਿਹੜਾ ਮੈਲਾ ਸ਼ਾ ਸੱਟ ਰਹੀ ਹੈ ਕੋ 20-22 ਦਿਨਾਂ ਦੀ ਹੋ ਗਈ ਝੂਠ ਠੁੱਕਾ ਨਹੀਂ ਮਾਰ ਲੋ ਜੀ ਸੁਬੇ ਤਰਾਵੇ ਮੁਕੰਮਲ ਨੇ ਜੀ ਤਰਾਵੇ ਮੁਕੰਮਲ ਹੋ ਗਏ ਮਗਰ ਕੱਟਾ ਸੋ ਜੀ ਕੱਟਾ ਸੋ ਮਗਰ ਲੋ ਜੀ ਮਗਰ ਇਹਦੇ ਕੱਟਾ ਬਲਾ ਲੈ ਇੱਕ ਵਾਰੀ ਬੱਚਾ ਜਿਹੜਾ ਨਾ ਨਾਲੀ ਬਹਾਦਰ ਨੇ ਕੱਟਾ ਜਿਹੜਾ ਨਾ ਨੰਬਰ 3 ਦੇ ਮਗਰ ਜਨਾਬ ਬੱਚਾ ਕੱਟਾ ਤੇ ਫਿਰ ਥਣ ਗਾੜੀ ਪਛਾੜੀ ਦਾ ਜਿਹੜਾ ਨਾ ਇਹ ਭਰਾਵਾਂ ਨੇ ਆਪ ਚੈੱਕ ਕਰ ਲੈਣਾ ਔਰ ਭਾਈ ਗਜ਼ਫਰ ਕੀ ਕੁ ਦੁੱਧ ਹੈ ਸਟਾ ਮੱਜੀ ਕੋਲੇ ਭਾਈ ਜਾਨ ਜੀ ਇਸ ਵੇਲੇ ਮੱਜੀ ਕੋਲੇ ਦੁੱਧ ਹੋਵੇਗਾ ਇਨਸ਼ਾਅੱਲਾ 12 ਡੱਬੇ ਠੀਕ ਹੋ ਗਿਆ ਜਨਾਬ ਜਿਸ ਭਰਾ ਦਾ ਦਿਲ ਕਰੇ ਬੱਚਾ ਲਾ ਕੇ ਪਸਮਾ ਕੇ ਪਿਛਾ ਕਰ ਲੈਣਾ 12 ਡੱਬੇ ਦੁੱਧ ਹੋਵੇਗਾ ਸਫਰ ਨਾ ਕੇ ਭਾਈ ਜੀ ਕਿਲੋ 2 ਕਿਲੋ ਦਾ ਮੇਰੇ ਕੋਲ ਵਾਧਾ ਘਾਟਾ ਹੋ ਸਕਦਾ ਹੈ ਜੀ ਕੋਈ ਗੱਲ ਨਹੀਂ ਦੁੱਧ 14 ਕਿਲੋ ਚੋਕ ਲਿਆਂਦੇ ਆ ਠੀਕ ਹੋ ਗਿਆ ਜਨਾਬ ਜਿਹੜੀ ਆਪਣੀ ਤਸੱਲੀ ਜਿਹੜੀ ਕੀਤੀ ਹੈ ਲੇਕਿਨ ਸਫਰ ਨਾ ਘਟ ਜਾਂਦੀਆਂ ਨੇ ਮੱਜੀ ਜੀ ਠੀਕ ਹੋ ਗਿਆ ਲੋ ਜੀ 12 ਕਿਲੋ ਦੇ ਕੋਲੇ ਹਾਜ਼ਰ ਮੌਕਿਆ ਜੀ ਜੀ ਜਿਹੜੀ ਹੈ ਨਾ ਹਾਜ਼ਰ ਮੌਕਿਆ ਜਨਾਬ ਨੰਬਰ 3 ਔਰ ਅੱਜ ਦੀ ਵੀਡੀਓ ਦੀ ਆਖਰੀ ਮਾਜ ਦੇ ਵਿੱਚ ਸ਼ੱਕ ਪਾਈ ਜਾਣ ਕੋ ਨਹੀਂ ਸਿਰ ਮਾਜ ਦੇ ਥੋੜੇ ਸਿੰਘ ਸਾਦੇ ਹਨ ਠੀਕ ਹੈ ਜੀ ਬਾਕੀ ਨਸਲਦਾਰ ਝੋਟੀ ਦੀ ਵੀ ਬੜੀ ਤਗੜੀ ਹੈ ਜੀ ਵੈਰੀ ਗੁੱਡ ਜਨਾਬ ਦੁੱਧ ਦੇਣ ਵਾਲੀ ਦੁੱਧ ਦੇਣ ਵਾਲੀ ਇਨਸ਼ਾਅੱਲਾ ਤੇ ਫਿਰ ਜਿਸ ਤਰ੍ਹਾਂ ਥਣ ਲੱਗਿਆ ਵੇਖੋ ਨਾ ਬੇਮਿਸਾਲ ਜਿਹਾ ਥਣ ਝੋਟੀ ਲੱਗਿਆ ਜੀ ਬਿਲਕੁਲ ਇਸੇ ਤਰ੍ਹਾਂ ਚੁਆਈ ਹੈ ਝੋਟੀ ਦੀ ਇਨਸ਼ਾਅੱਲਾ ਮੋਟੀ ਜਿਹੜਾ ਮੋਟੀ ਜਿਹਾ ਲੋ ਜੀ ਭਾਈ ਗਜ਼ਫਰ ਕਿੰਨੇ ਦੀ ਜਨਾਬ ਨੇ ਮਾਜ ਦੇ ਫੜਨੀ ਭਾਈ ਜਾਨ ਜੀ ਜਿਸ ਭਰਾ ਦੇ ਪਸੰਦ ਆਈ ਨਾ ਚੈਨਲ ਜੀ ਗੱਲਾਂ ਹੋਣੀਆਂ ਨੇ ਠੀਕ ਹੈ 3,65,000 ਝੋਟੀ ਦੇ ਯਾਰ ਰਾਜ਼ੀਆਂ ਤੇਰੇ ਤੇ ਜਿਸ ਭਰਾ ਨੂੰ ਪਸੰਦ ਆਵੇ ਲੋ ਜੀ 3,60,000 ਰੁਪਏ ਦੀ ਜਨਾਬ ਨੰਬਰ ਜਿਹੜੀ ਹੈ ਨਾ 3
ਅੱਗੇ ਲਿਆਓ ਜੀ ਬਹੂ ਜੀ ਖੋਲ ਕੇ ਨੰਬਰ ਜਿਹੜੀ ਨਾ ਚਾਰ ਬਲਾਲੀ ਇੱਕ ਨੰਬਰ ਦੀ ਕੱਟੀ ਜਿਹੜੀ ਹੈ ਨਾ ਉਹ ਵੀ ਵਹਾਸਣ ਨਹੀਂ ਹੈ ਆਪ ਬੋਰੀ ਹੈ ਮਗਰ ਕੱਟੀ ਜਿਹੜੀ ਹੈ ਨਾ ਉਹ ਜਨਾਬ ਕਾਲੇ ਰੰਗ ਦੀ ਹੈ ਲੋ ਜੀ ਇਹ ਕੱਟੀ ਹੈ ਭਾਈ ਜੀ ਨਹੀਂ ਬੁਰੀ ਮਜ ਹੁੰਦੀ ਜੀ ਭਾਈ ਭਾਈ ਵਹਾਸੜੀ ਨੇ ਜਨਾਬ ਲੋ ਜੀ ਅੱਗੇ ਖੋਲੋ ਜੀ ਨਾਬ ਵੈੜੀ ਜਿਹੜਾ ਨਾ ਕ੍ਰਾਸ ਦੇ ਜੀ ਆ ਕ੍ਰਾਸ ਹੈ ਭਾਈ ਜਾਨ ਜੀ ਕ੍ਰਾਸ ਬੜਾ ਤਗੜਾ ਵੈੜੀ ਦਾ ਠੀਕ ਹੈ ਸਿਰ ਵੈੜੀ ਨੂੰ ਕੱਪੜੇ ਘਾਟ ਆਣ ਨੇ ਭਰਾਵਾਂ ਦੇ ਸਾਹਮਣੇ ਭਰਾ ਵੇਖ ਲੈਣੀ ਮਾਸ਼ਾਅੱਲਾ ਬਾਕੀ ਥਣ ਨਸਲ ਜ਼ਾਤ ਜਿਹੜੀ ਹੈ ਵੈੜੀ ਦੀ ਉਹ ਭਰਾਵਾਂ ਨੇ ਖੁਦ ਵੇਖ ਲੈਣੀ ਤੇ ਪਰਕਰ ਨਾਲ ਕਰ ਲੈਣੀ ਜੀ ਭਾਈ ਗਦਨ ਪਰ ਜਰਸੀ ਤੇ ਫ੍ਰੀਜ਼ਨ ਦਾ ਕ੍ਰਾਸ ਹੈ ਤੇ ਫ੍ਰੀਜ਼ਨ ਦਾ ਜਿਹੜਾ ਫ੍ਰੀਜ਼ਨ ਦਾ ਕ੍ਰਾਸ ਹੈ ਜਿਹੜਾ ਬੜਾ ਤਗੜਾ ਕ੍ਰਾਸ ਹੈ ਭਾਈ ਜੀ ਬਿਲਕੁਲ ਜਨਾਬ ਜਰਸੀ ਤੇ ਫ੍ਰੀਜ਼ਨ ਦਾ ਕ੍ਰਾਸ ਔਰ ਮਾਸ਼ਾਅੱਲਾ ਫਿਰ ਲਿਬਾਸ ਜਿਹੜਾ ਹੈ ਨਾ ਇਹ ਗਾਈ ਦਾ ਭਰਾਵਾਂ ਨੇ ਚੈੱਕ ਕਰਨਾ ਔਰ ਅਣ ਮਾਸ਼ਾਅੱਲਾ ਮਗਰ ਵੱਛਾ ਮਗਰ ਜਨਾਬ ਵੱਛਾ ਜਿਹੜਾ ਵੈਰੀ ਗੁੱਡ ਜਨਾਬ ਦੋ ਚੁਆਈਆਂ ਕੀਤੀਆਂ ਨੇ ਤੀਸਰੀ ਕਰਨੀ ਹੈ ਔਰ ਭਾਈ ਗਜ਼ਲ ਪਰ ਪਹਿਲੀ ਚੁਆਈ ਜੀ ਕਿੰਨੀ ਕੁ ਬੋਲੀ ਚੁਆਈ ਭਾਈ ਜਾਨ ਜੀ ਪਹਿਲੀ ਜਿਹੜੀ ਬੋਲੀ ਚੁਆਈ ਉਹ 16 ਲੀਟਰ ਚੋਈ ਹੈ ਠੀਕ ਹੈ ਦੂਜੀ ਜਿਹੜੀ ਹੈ ਤਕਰੀਬਨ 8-9 ਕਿਲੋ ਵੀ ਚੋਈ ਜੀ ਠੀਕ ਹੋ ਗਿਆ ਤੀਜੀ ਹੁਣ ਚੋਣੀ ਹੈ ਵੇਖੋ ਹੁਣ ਤੇ ਬੇਮਿਸਾਲ ਤੁਹਾਨੂੰ ਦੱਸਿਆ ਦੇਖੋ ਸਾਲਤਾ ਕਿੱਡੀਆਂ ਨੇ ਜੀ ਬਿਲਕੁਲ ਜਨਾਬ ਕੋਈ ਹੋਲ ਨਹੀਂ ਜਾ ਜਾ ਆਪਣਾ ਮਾਰ ਕੇ ਥੱਲੇ ਪੈ ਜਾਓ ਔਰ ਤੀਸਰੀ ਚੁਆਈ ਸਿਰ ਤੁਹਾਨੂੰ ਦੱਸਿਆ ਕੱਪੜੇ ਘੱਟ ਨੇ ਬਾਕੀ ਨਸਲਦਾਰ ਚੰਗੀ ਹੈ ਕੋਰੀ ਹੈ ਕੋਈ ਇਹਦਾ ਲਾ ਮਾਫੀ ਦੇ ਸੋਇਆ ਜਿਤੇ ਹੈ ਕੋਈ ਜੀ ਬਿਲਕੁਲ ਜਨਾਬ ਲਵੀ ਹੈ ਨਾ ਲਵੀ ਹੈ ਜਾ ਲੋ ਜੀ ਭਾਈ ਗੱਲ ਪਰ ਕਿਸੇ ਭਰਾ ਨੂੰ ਪਸੰਦ ਆਵੇ ਕਿੰਨੇ ਦੀ ਜਨਾਬ ਨੇ ਵੈੜੀ ਲਈ ਐ ਹੁਣ ਫਿਰ ਪਤਾ ਹੀ ਕਿ ਭਰਾ ਗੱਲਾਂ ਪੇ ਕਰ ਦਿੰਦੇ ਨੇ ਇਹ ਕੱਪੜੇ ਜੇ ਕਰਨੇ ਜੀ ਐ ਉਹ ਜੇ ਦੂਜੇ ਨੇ ਜਾਂ ਤਰੀਜੇ ਨੇ ਹੋਣੀ ਠੀਕ ਹੋ ਗਿਆ ਇਹ ਸੋਇਆ ਜੀ ਨਹੀਂ ਹੈ ਵੈਰੀ ਗੁੱਡ ਜੀ ਲਵੀ ਹੈ ਨਾ ਕੋਰੀ ਹੈ ਕੋਰੀ ਹੈ ਜਾ ਮੂੰਹ ਪਿਛਾ ਕੇ ਸਿਮਰ ਹੱਥ ਮਾਰ ਤੇ ਇਹ ਪੱਟੋ ਜੀ ਹੱਥ ਮਾਰ ਕੇ ਪਿਛਾ ਕੇ ਜਿਹੜਾ ਨਾ ਭਾਈ ਬਲਾਲ ਦੰਦ ਵਿਖਾਇਓ ਇਧਰ ਕਰੋ ਜੀ ਇੱਕ ਵਾਰੀ ਮੂੰਹ ਪਾ ਕੇ ਇਹ ਅਜੇ ਵੈੜੀਆਂ ਆਰ ਦੰਦ ਨੇ ਇਹ ਬਿਲਕੁਲ ਜਨਾਬ ਭਾਈ ਗੱਲ ਪਰ ਕਿੰਨੇ ਦੀ ਜਨਾਬ ਨੇ ਦੇਖ ਲੈਣੀ ਭਾਈ ਜਾਨ ਜਿਸ ਭਰਾ ਦੇ ਪਸੰਦ ਆਈ ਨਾ ਸਾਡਾ ਜੀ ਗੱਲਾਂ ਹੋਣੀਆਂ ਨੇ 3.5 ਲੱਖ ਦੀ ਵੈੜੀ ਲੋ ਜੀ 3 ਲੱਖ ਦੇ 50,000 ਰੁਪਇਆ ਫਾਈਨਲ ਦੀਆਂ ਗੱਲਾਂ ਹੋਣੀਆਂ ਵੈਰੀ ਗੁੱਡ ਦੋ ਚੁਆਈਆਂ ਜਿਹੜੀਆਂ ਵੈੜੀ ਜਿਹੜੀ ਹੈ ਇਨਸ਼ਾ ਅੱਲਾਹ ਦੇ ਗੁਣਾ 4.5 ਲੱਖ ਰੁਪਈਏ ਦੀ ਸਿਰੋਂ ਸੱਟਿਆ ਠੀਕ ਹੋ ਗਿਆ ਲੇਕਿਨ ਇਹ ਕਿ ਚਲੋ ਜਿਹੜਾ ਭਰਾ ਲਿਆ ਗਿਆ ਇਹਦੀ ਤਾਬੇਦਾਰੀ ਕਰੇ ਦੁਆਵਾਂ ਲੈ ਨਾਲ ਦੁੱਧ ਪੀਏ ਜੀ ਠੀਕ ਹੋ ਗਿਆ ਜਨਾਬ ਲੋ ਜੀ ਫਿਰ ਸਾਲ ਦਾ ਸ਼ਰਾਬ ਤਾਂ ਤੇ ਥਣ ਦਾ ਮੁੱਲ ਨੇ ਮੈਂ ਨਾ ਇਨਸ਼ਾ ਅੱਲਾਹ ਉਂਗਲ ਨਾਲੋਂ ਮੋਟਾ ਮੋਟਾ ਚੁਆ ਹੋਵੇਗਾ ਜਾਂਦੇ ਤਾਂ ਮੈਂ ਮਾਰ ਕੇ ਵਹਾ ਵੀ ਛੱਡਣਾ ਜੀ ਦੱਸਦੀ ਪਈ ਹੈ ਕਿ ਹਣ ਮਾਸ਼ਾਅੱਲਾ ਚੰਗਾ ਔਰ ਇਸੇ ਤਰ੍ਹਾਂ ਜਿਹੜਾ ਨਾ ਚੁਆਈ ਹੈ ਇਨਸ਼ਾ ਅੱਲਾਹ ਚੁਆਈ ਹੈ ਲੋ ਜੀ ਬਲਾਲ ਬਾਊ ਜਿਹੜਾ ਨਾ ਇੱਥੇ ਇੱਕ ਨੰਬਰ ਜਿਹੜੀ ਹੈ ਨਾ ਫਿਰ ਐਸੇ ਬੱਜੀ ਜਨਾਬ ਝੋਟੀ ਬੋਰੀ ਇਹ ਭਰਾਵਾਂ ਨੂੰ ਤਕਾਸਣ ਨਹੀਂ ਲੋ ਜੀ ਜਿਹੜਾ ਜਿਹੜਾ ਪਸੰਦ ਆਵੇ ਨਾ ਰਾਬਤਾ ਜਨਾਬ ਨਾਲ ਕਰ ਲੈਣਾ ਨੰਬਰ ਸਕਰੀਨ ਦਾ ਜਿਹੜਾ ਨਾ ਇਹਨਾਂ ਦਾ ਲੱਗ ਜਾਣਾ ਤੇ ਇਸੇ ਵੀਡੀਓ ਦੇ ਨਾਲ ਜਾਦਾ ਚਾਹਾਂਗੇ ਇਨਸ਼ਾ ਅੱਲਾਹ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਭਾਈ ਗਦਨ ਪਰ ਨਾਰਾ ਮਾਰਨਾ ਜਨਾਬ ਪਾਕਿਸਤਾਨ ਜ਼ਿੰਦਾਬਾਦ ਪਾਕ ਫੌਜ ਜ਼ਿੰਦਾਬਾਦ।